साडे चैनल ते होर नवीआं ते ताज़ा न्यूज़ देखण लई साडे सच ते पैरा टीवी चैनल नूं सबसक्राइब करो अते इस दे नाल ही दित्ते गए बैल आइकन नूं दबाओ। धन्नवाद। नगर कौंसल पातड़ा दे वल्लों शहर दे वार्ड विच 10 किलोमीटर सीवरेज पाइपलाइन जल्दी पाई जावेगी। शहर अंदर बनी नवी वार्डां नूं सीवरेज दे नाल जोड़न दे लई जल्दी ही शहर दे वख-वख वार्डां दे विच 10 किलोमीटर लंबी सीवरेज पाइपलाइन पाई जाएगी। जिस संबंधी वाटर सप्लाई सीवरेज बोर्ड नूं पत्र लिख के मंग कीती गई है। नगर कौंसल प्रधान रणवीर सिंह नूं पिंड टेंडेआल अते जीवनपुरा दी पंचायत अते लोकां दे वल्लों वार्ड नंबर 10 ते सीवरेज दे पानी दी आ रही समस्या दे हल करन संबंधी गल्लबात करदिआं दस्सिआ है कि वार्ड नंबर 10 दे विच जो शहरी खेतर दे नाल लेबर काफी नीवा होण कारण सीवरेज पाउण दे नाल योजना तैयार कीती जा रही है अते सीवरेज लाइन पाउण दा काम वाटर सप्लाई सीवरेज बोर्ड पंजाब दे अधीन होण कारण नगर कौंसल पातड़ा दे वल्लों 10 किलोमीटर सीवरेज दी लाइन पाउण दी मंग कीती गई है। पातड़ा तो सतपाल गर्ग दी रिपोर्ट। वार्ड नंबर 10 जी समस्या हैगी उह टंडियाल रोड ते कुछ घर बने हुए ने जिहड़े कि वार्ड नंबर 10 च आउंदे ने। ठीक है, टंडियाल रोड दा उह जिहड़ा पासा वा उह शहर दे जिहड़ा लैवल सीवर दा लैवल हैगा उह तो तकरीबन 20-25 फुट डूंघा वा नीवा। ਉਹਦੇ ਹੱਲ ਲਈ ਜਿਹੜਾ ਹੈਗਾ ਉਹ ਤਾਂ ਜਿਹੜੀ ਸਮੱਸਿਆ ਹੈਗੀ ਉਹਦੀ ਕੋਈ ਮਤਲਬ ਯੋਜਨਾ ਬਣਾਈ ਜਾਣੀ ਹੈ। ਜਿਹੜੀ ਕਿ ਸੀਵਰ ਦਾ ਕੰਮ ਪੰਜਾਬ ਗੌਰਮੈਂਟ ਵਾਟਰ ਸਪਲਾਈ ਸੀਵਰੇਜ ਬੋਰਡ ਦਾ ਕੰਮ ਹੈ। ਅਸੀਂ ਉਹਨਾਂ ਨੂੰ ਲੈਟਰ ਲਿਖੀ ਹੋਈ ਹੈ ਵੀ ਸਾਨੂੰ 10 ਕਿਲੋਮੀਟਰ ਦੀ ਲਾਈਨ ਜਿਹੜੀ ਚਾਹੀਦੀ ਸੀਵਰ ਦੀ। ਇਹ ਇਕੱਲੀ ਇਹ ਨਹੀਂ ਹੈ, 10 ਨੰਬਰ ਵਾਰਡ ਦੇ ਹਰਮਨ ਨਗਰ ਵੀ ਹੈ, ਆਨੰਦ ਬਸਤੀ ਵੀ ਹੈ, ਵਾਰਡ ਨੰਬਰ 17 ਵੀ ਹੈ, ਜਾਂ ਕੋਈ ਨਵਾਂ ਏਰੀਆ ਸਾਡੇ 'ਚ ਆਇਆ ਵਾ ਹੁਣ ਪਿਛਲੇ ਹਦੂਦ 'ਚ, ਉੱਥੇ ਸਾਰੇ ਹੀ ਸੀਵਰ ਪੈਣ ਵਾਲਾ ਵਾ। ਜਦੋਂ ਸਾਨੂੰ ਸਰਕਾਰ ਤੋਂ ਜਿਹੜੀ ਕਿ ਐਸਟੀਮੇਟ ਹੋ ਗ੍ਰਾਂਟ ਮਿਲੂਗੀ ਉਹ ਗ੍ਰਾਂਟ ਮਿਲਣ ਤੋਂ ਬਾਅਦ ਅਸੀਂ ਤੁਰੰਤ ਕਾਰਵਾਈ। ਤੁਸੀਂ ਮੌਕਾ ਦੇਖ ਕੇ ਆਓ ਜਾ ਕੇ ਉੱਥੇ ਗਏ ਹੋ ਉਹਦੇ ਵਾਰਡ 'ਚ? ਮੈਂ ਗਿਆ ਵਾ। ਉੱਥੇ ਪਾਣੀ ਖੜਿਆ ਲੋਕਾਂ ਨੇ, ਗਰਮੀ ਦੇ ਮੌਸਮ ਦੇ ਵਿੱਚ ਬਹੁਤ ਵੱਡਾ ਸਾਨੂੰ ਸਮੱਸਿਆ ਬਣ ਜਾਣੀ ਹੈ। ਇੰਨਾ ਪਾਣੀ ਨਹੀਂ ਖੜਿਆ ਜਿੰਨੀ ਗੱਲ ਕਿ ਉਹ ਅਖਬਾਰ 'ਚ ਲਿਖੀ ਗਈ ਹੈ ਜਾਂ ਉਹ ਮਾਨਯੋਗ ਸਰਪੰਚ ਸਾਹਿਬ ਕਹਿ ਰਹੇ ਨੇ, ਇੰਨਾ ਪਾਣੀ ਕੋਈ ਨਹੀਂ ਖੜਿਆ। ਉਹ ਕਲੋਨੀਆਂ ਕੋਈ ਅੱਜ ਦੀ ਨਹੀਂ ਬਣੀਆਂ, ਕਲੋਨੀਆਂ ਬਣੀਆਂ ਨੇ ਕੋਈ 15-20 ਸਾਲ ਹੋ ਗਏ ਨੇ ਉਹ ਜਿਹੜੇ ਘਰ ਵਸੇ ਹੋਏ ਨੇ। ਚਲੋ ਤੁਸੀਂ, ਉਹਨਾਂ ਦਾ ਪਾਣੀ ਪਹਿਲਾਂ ਵੀ ਜਾਂਦਾ ਸੀ, ਪਾਣੀ ਹੁਣ ਵੀ ਹੈ। ਤੁਸੀਂ ਵਿਸ਼ਵਾਸ ਦਿਵਾਉਂਦੇ ਪਿੰਡਾਂ ਦਾ ਵੀ ਜਿਹੜਾ ਮਸਲਾ ਜਲਦੀ ਹੋ ਜਾਊਗਾ? ਹਾਂ ਹਾਂ, ਮਸਲਾ ਤੁਹਾਨੂੰ ਮੀਡੀਆ ਰਾਹੀਂ ਦੱਸਦਾ ਵੀ ਜਦੋਂ ਗ੍ਰਾਂਟ ਸਾਨੂੰ ਮਿਲੀ ਅਸੀਂ ਪਹਿਲੇ ਰਾਤ ਮਸਲਾ ਹੱਲ ਕਰਾਂਗੇ। ਬਾਕੀ ਈਓ ਨੂੰ, ਜੇਈ ਨੂੰ ਮੈਂ ਹਦਾਇਤ ਕਰਾਂਗਾ ਵੀ ਮੌਕੇ ਜਾ ਕੇ ਦੇਖ ਕੇ ਜੇ ਕੋਈ ਟੈਂਪਰੇਰੀ ਹੱਲ ਹੁੰਦਾ ਅਸੀਂ ਜਲਦੀ ਕਰਾਂਗੇ।